ਪੰਜਾਬ ਵਿੱਚ ਹੋਣ ਵਾਲੀਆਂ ਨਗਰ ਕੌਂਸਲ ਅਤੇ ਨਗਰ ਨਿਗਮ ਦੀਆਂ ਚੋਣਾਂ ਦੀਆਂ ਤਿਆਰੀਆਂ ਪੂਰੇ ਜ਼ੋਰਾਂ ਸ਼ੋਰਾਂ ਦੇ ਨਾਲ ਚੱਲ ਰਹੀਆਂ ਨੇ। ਅਕਾਲੀ ਦਲ ਅਤੇ ਭਾਜਪਾ ਨੇ ਜਿੱਥੇ ਨਾਲ ਚੋਣਾਂ ਦੇ ਲਈ ਪੂਰੀਆਂ ਤਿਆਰੀਆਂ ਕੀਤੀਆਂ ਨੇ, ਉੱਥੇ ਹੀ ਕਾਂਗਰਸ ਨੇ ਵੀ ਚੋਣ ਵਿਗਲ ਵਜਾ ਦਿੱਤਾ ਹੈ। ਨਿਹਾਲ ਸਿੰਘ ਵਾਲਾ, ਕਾਂਗਰਸ ਪਾਰਟੀ ਨੇ ਇੱਕ ਵਿਸ਼ਾਲ ਰੈਲੀ ਕੱਢੀ ਜਿਸ ਵਿੱਚ ਪੰਜਾਬ ਕਾਂਗਰਸ ਦੇ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਪੰਜਾਬ 'ਤੇ 2000 ਕਰੋੜ ਦਾ ਕਰਜ਼ਾ ਹੈ, ਜੋ ਕਿ ਪਰੇਸ਼ਾਨੀ ਦੀ ਗੱਲ ਹੈ, ਅਤੇ ਉਹਨਾਂ ਇਹ ਵੀ ਕਿਹਾ ਕਿ ਪੰਜਾਬ ਦਾ ਹਰ ਕੋਈ ਵਿਅਕਤੀ ਸਰਕਾਰ ਦੀਆਂ ਨੀਤੀਆਂ ਤੋਂ ਤੰਗ ਆ ਚੁੱਕਿਆ ਹੈ ਅਤੇ ਸਰਕਾਰ ਦੀ ਆਰਥਿਕ ਹਾਲਤ ਮੰਦੀ ਹੁੰਦੀ ਜਾ ਰਹੀ ਹੈ। ਅਤੇ ਜਿਹੜੇ ਸਾਬਕ ਫੌਜੀ ਨੇ ਇਹਨਾਂ ਨੇ ਵਾਅਦਾ ਕੀਤਾ ਸੀ ਕਿ ਅਸੀਂ ਸ਼ਾਦੀਆਂ ਦੇ ਉੱਤੇ ਲੜਕੀਆਂ ਦੀ 15,000 ਤੋਂ ਸ਼ਗਨ ਸਕੀਮ ਵਧਾ ਕੇ 31,000 ਕਰ। ਤੁਸੀਂ ਹੈਰਾਨ ਹੋ ਕੇ 31 ਤੇ ਕਿਸੇ ਨੂੰ ਕੀ ਮਿਲਣਾ ਸੀ, 15,000 ਮਿਲੇ ਨੂੰ 5 ਸਾਲ ਹੋ ਗਏ। ਤੋ ਇਸ ਹਿਸਾਬ ਦੇ ਨਾਲ ਅੱਜ ਦੇ ਆਰਥਿਕ ਜਿਹੜੇ ਹਾਲਾਤ ਕੀ ਨੇ ਪੰਜਾਬ ਦੇ, ਸਾਡੀ 33,000 ਕਰੋੜ ਦੀ ਆਮਦਨ ਹੈ ਅਤੇ 44,000 ਕਰੋੜ ਦਾ ਖਰਚਾ ਹੈ, 2 ਲੱਖ ਕਰੋੜ ਦਾ ਪੰਜਾਬ ਕਰਜ਼ਾਈ ਹੈ। ਕਿਸ ਪਾਸੇ ਸਾਹਿਬ ਪ੍ਰਕਾਸ਼ ਸਿੰਘ ਬਾਦਲ ਧਕੇਲਦੇ ਲੈ ਜਾ ਰਹੇ ਨੇ ਪੰਜਾਬ ਨੂੰ, ਇਹ ਮੈਂ ਸੁਚੇਤ ਕਰਨ ਵਾਸਤੇ ਆਇਆ ਸੀ ਕਿ ਹੁਣ ਟਾਈਮ ਆਇਆ ਇਹਨਾਂ ਨੂੰ ਤਗੜੇ ਹੋ ਕੇ ਕਮਰ ਕੱਸੇ ਕਰੀਏ ਤੇ ਤੋਰਨ ਵਾਲੇ ਬਣੀਏ। ਖਬਰਾਂ ਦੀ ਦੁਨੀਆ ਵਿੱਚ ਆਓ, ਸਾਡੇ ਨਾਲ ਕਦੇ ਵੀ ਕਿਤੇ ਵੀ ਜੁੜੋ। ਆਪਾਂ ਮਿਲਾਂਗੇ ਫੇਸਬੁੱਕ ਤੇ, ਅਸੀਂ ਦਿਖਾਂਗੇ ਯੂਟਿਊਬ ਤੇ, ਸਾਨੂੰ ਫੋਲੋ ਕਰੋ ਟਵਿੱਟਰ ਤੇ। ਖਬਰਾਂ ਨਾਲ ਜੁੜੇ ਰਹੋ ਦਿਨ ਰਾਤ।